ਗੌਰੀ ਸ਼ੰਕਰ ਯਾਦਵ। ਕਿੱਥੇ ਦੇ ਰਹਿਣ ਵਾਲੇ ਹੋ? ਸੁਲਤਾਨ ਪਿੰਡ। ਸੁਲਤਾਨ ਪਿੰਡ ਕਿਹੜੀ ਜਗ੍ਹਾ? ਮਸੂਰ ਦੀ ਪੱਤੀ। ਕੀ ਗੱਲ ਹੋਈ ਸੀ? ਮੁੰਡਾ ਆਇਆ ਸੀ ਮੇਲਾ ਵੇਖਣ ਨੂੰ ਕੱਲ੍ਹ। ਕੀ ਨਾਮ ਹੈ ਤੁਹਾਡੇ ਮੁੰਡੇ ਦਾ? ਸੂਰਜ ਯਾਦਵ। ਕੀ ਕੰਮ ਕਰਦਾ ਇਹ? ਕੰਮ ਕਰਦਾ ਸੀ ਮੇਰੇ ਨਾਲ, ਡੰਗਰਾਂ ਦਾ ਪਾਠੇ ਪੁੱਠੇ ਪਾਉਂਦਾ ਸੀ। ਅੱਛਾ। ਹਾਂਜੀ, ਤਾਂ ਮੇਲੇ ਵੇਖਣ ਆਇਆ ਸੀ ਕੱਲ੍ਹ, ਉਹਦੇ ਬਾਅਦ ਮੇਰਾ ਮੁੰਡਾ ਲੱਭਿਆ ਨਹੀਂ। ਹਾਂਜੀ, ਮੈਂ ਉਹਨਾਂ ਦੇ ਘਰੇ ਗਿਆ, ਜਿਹੜਾ ਮੁੰਡਾ ਸੀ ਉਹਦੀ ਘਰ ਦੀ ਕਹਿੰਦੀ ਆ ਕਿ ਉਹ ਦੋਵੇਂ ਆਏ ਨਹੀਂ ਹਾਲੇ, ਤਾਂ ਮੈਂ ਵਾਪਿਸ ਆ ਗਿਆ ਤਾਂ ਸਵੇਰੇ ਮੈਨੂੰ ਫੋਨ ਆਇਆ ਕਿ ਤੁਹਾਡੇ ਮੁੰਡੇ ਦਾ ਡੈਥ ਹੋ ਗਿਆ। ਹਾਂਜੀ, ਨਹੀਂ ਤੁਹਾਡਾ ਬੇਟਾ ਕੋਈ ਸੀਗਾ? ਪਹਿਲੇ ਸਰ ਕਰਦਾ ਸੀ, ਸਾਲ ਡੇਢ ਸਾਲ ਪਹਿਲੇ। ਕੀ ਕਾਰਨ ਲੱਗ ਰਿਹਾ ਤੁਹਾਨੂੰ ਕਿ ਜਿਸ ਕਾਰਨ ਕਰਕੇ ਤੁਹਾਡੇ ਬੇਟੇ ਦੀ ਜਿਹੜੇ ਐਕਸਪਾਇਰ ਹੋਇਆ? ਸਰ ਜੀ, ਇਹਨੂੰ ਕੁੱਟਿਆ ਵਾ, ਲੀੜੇ ਲੂਲੇ ਲਾ ਕੇ ਦਾਗ ਪਿਆ ਮੂੰਹਾਂ 'ਤੇ, ਕੁੱਟਿਆ ਮਾਰਿਆ ਵਾ। ਹਾਂਜੀ, ਇਸ ਤਰ੍ਹਾਂ ਮਰਿਆ ਨਹੀਂ, ਸਰੀਰ ਸਾਰਾ ਕੱਪੜਾ ਉਤਾਰ ਲਿੱਤਾ ਵਾ। ਹਾਂਜੀ, ਸਵੇਰੇ ਮੈਨੂੰ ਸ਼ੱਕ ਲੱਗਦਾ ਤੁਹਾਨੂੰ? ਸ਼ੱਕ ਜੀ, ਆਪਣਾ ਸੁਲਤਾਨਪੁਰ ਨਹਿਰ ਉੱਤੇ ਹੈਗਾ, ਆਪਣਾ ਰੋਡ 'ਤੇ ਹੈਗਾ ਸਾਜਨ, ਇੱਕ ਕਾਚ ਆ। ਪਹਿਲਾਂ ਵੀ ਮੇਲ ਵਰਤਨ ਸੀਗਾ ਨਾ ਲੜਕੀ? ਹਾਂਜੀ, ਇਹਨਾਂ ਦੇ ਨਾਲ ਪਹਿਲੇ ਸੀ। ਕੋਈ ਲੈਣ ਦੇਣ ਸੀਗਾ? ਕੋਈ ਲੈਣ ਦੇਣ, ਕੋਈ ਲੈਣ ਦੇਣ ਨਹੀਂ। ਇਹ ਵੀ ਮੈਂ ਪਾਪਾ 5 ਵਜੇ ਤੱਕ ਆ ਜੂੰਗਾ, ਜੇ ਮੈਂ ਨਾ ਆਇਆ ਤਾਂ ਤੁਸੀਂ, ਮੈਂ ਇਹ ਫਰੈਂਡ ਦੇ ਘਰ ਚੱਲਿਆ, ਤੁਸੀਂ ਉੱਥੇ ਆ ਜਿਓ। ਫਿਰ ਉਹਨੇ ਫੋਨ ਲਾਇਆ, ਉਹ ਆਉਂਦੇ ਵੀ ਤੁਹਾਨੂੰ ਸੂਰਜ ਲੱਭਾ, ਉਹ ਜਿਹੜੀ ਲੇਡੀਜ਼ ਨੇ, ਆਉਂਦੇ ਨਹੀਂ। ਫਿਰ ਉਹਨਾਂ ਘਰ ਗਏ, ਨਹੀਂ ਲੱਭਾ। ਸਵੇਰੇ ਸਾਨੂੰ 9 ਵਜੇ ਫੋਨ ਆਇਆ ਵੀ ਤੁਹਾਡਾ। ਕਿਹਦਾ ਫੋਨ ਆਇਆ 9 ਵਜੇ ਸਵੇਰੇ? ਸਵੇਰੇ ਮੇਰੇ ਭਾਬੀ ਦਾ ਵੀ ਡੈਥ ਹੋ ਚੁੱਕੀ ਆ ਤੁਹਾਡੇ ਬ੍ਰਦਰ ਦੀ। ਭਾਬੀ ਨੂੰ ਮੇਰੇ ਛੋਟੇ ਬ੍ਰਦਰ ਨੇ ਦਿੱਤੀ ਆ, ਵਿਚਕਾਰਲੇ ਨੇ, ਉਹਨੇ ਜਾਣਕਾਰੀ ਦਿੱਤੀ ਆ ਵੀ ਸੂਰਜ ਦੀ ਡੈਥ ਹੋ ਗਈ ਆ, ਅਤੇ ਸਾਨੂੰ ਇਨਸਾਫ ਚਾਹੀਦਾ। ਜਿੰਨੇ ਵੀ ਮੇਰੇ ਭਰਾ ਨਾਲ ਇੱਦਾਂ ਕੀਤਾ ਵਾ, ਉਹ ਫੜਨਾ ਚਾਹੀਦਾ ਵਾ, ਜੇ ਕਿਸੇ ਨੇ ਵੀ ਕੀਤਾ ਹੋਵੇ। ਕੁਵਾਰਾ ਸੀ ਮੇਰੇ ਪਿਓ ਦਾ, ਇਹੋ ਆਸਰਾ ਸੀ, ਫੜਨਾ ਚਾਹੀਦਾ ਉਹਨਾਂ ਨੂੰ। ਫੜ ਕੇ ਲਿਆਓ, ਗਾਂ ਦਾ ਉਹਨਾਂ ਨੂੰ ਪਤਾ ਲੱਗੇ, ਗਾਂ ਦੇ ਕੋਈ ਇਹੋ ਜਿਹਾ ਦੁਸ਼ਟ ਕਰਮ ਨਾ ਕਰੇ ਕਿਸੇ ਦੇ ਬੱਚਿਆਂ ਨਾਲ। ਕੋਈ ਪੈਸੇ ਦਾ ਲੈਣ ਦੇਣ ਨਹੀਂ, ਕੋਈ ਮੇਰਾ ਭਰਾ ਇੱਦਾਂ ਦਾ ਨਹੀਂ। ਹਸਮੁਖ ਮੇਰਾ ਭਰਾ ਸੀ, ਆਪਣੇ ਕੋਲੋਂ ਖਵਾਲਣ ਵਾਲਾ ਸੀ ਮੇਰਾ ਭਰਾ। ਮੇਰਾ ਭਰਾ ਕੋਈ ਇੱਦਾਂ ਦਾ ਨਹੀਂ ਸੀ। ਮੇਰੇ ਭਰਾ ਜਿਹੜਾ ਵੀ, ਉਹ ਵੀ ਮੇਰੇ ਭਰਾ ਦੀ ਇਨਕੁਆਇਰੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ। ਮੁਲਜ਼ਮ ਜਿਹੜੇ ਵੀ ਹੋਣੇ ਫੜਨੇ ਚਾਹੀਦੇ ਆ। ਪੰਕਜ ਯਾਦਵ। ਮੈਨੂੰ ਸਵੇਰੇ ਖਬਰ ਆਈ ਮੇਰਾ ਭਰਾ ਪੂਰਾ ਹੋ ਗਿਆ। ਕੀ ਨਾਮ ਸੀ ਭਰਾ ਦਾ? ਸੂਰਜ ਯਾਦਵ। ਕੀ ਕੰਮ ਕਰਦਾ ਸੀ? ਕੰਮ ਡੈਡੀ ਨਾਲ ਕਰਦਾ ਸੀ, ਜ਼ਿਮੀਂਦਾਰਾਂ ਨਾਲ। ਅਤੇ ਕੱਲ੍ਹ ਮੇਲਾ ਸੀ ਤੁਹਾਡੇ ਬਾਬੇ ਰਾਮਦਾਸ, ਅਤੇ ਮੇਲਾ ਵੇਖਣ ਆਇਆ ਸੀ। ਮੇਲਾ ਵੇਖ ਕੇ ਡੈਡੀ ਨਾਲ ਘੁੰਮ ਫਿਰ ਕੇ ਡੈਡੀ ਚਲੇ ਗਿਆ ਮੇਲਾ ਵੇਖਣ, ਡੈਡੀ ਪਿੰਡ ਚਲੇ ਗਿਆ। ਅਤੇ ਡੈਡੀ ਨੂੰ ਕਹਿੰਦਾ ਮੈਂ ਆ ਜੂੰਗਾ ਸ਼ਾਮੀ, ਜਾਂ ਲੇਟ ਹੋਇਆ ਮੈਂ ਮੁੰਡੇ ਘਰ ਸੌ ਜੂੰਗਾ। ਅਤੇ ਉਹਨੂੰ ਫੋਨ ਲਾਇਆ ਅਤੇ ਉਹ ਕਹਿੰਦੀ ਨਹੀਂ ਹਾਲੇ ਨਹੀਂ ਆਇਆ, ਅਤੇ ਡੈਡੀ ਵੇਖਣ ਗਏ ਉਹਨੂੰ, ਤਾਂ ਉੱਥੇ ਹੈਗਾ ਨਹੀਂ ਸੀ। ਯਾਰ ਦੋਸਤ ਸੀ, ਉਹਨੇ ਤਾਂ ਕੇ ਮੈਨੂੰ ਦੱਸਿਆ, ਉਹਨੇ ਫੋਟੋ ਮੈਨੂੰ ਖਾਈ, ਕਹਿੰਦਾ ਤੇਰਾ ਭਰਾ ਪੂਰਾ ਆ ਗਿਆ ਨੇ ਫੋਟੋ ਖਾਈ। ਪੁਲਿਸ ਕਰੇ, ਕਾਰਵਾਈ ਕਰੇ।
ਖੋਲਾ ਜਿਹਾ ਇੱਕ ਉੱਥੇ ਪਈ ਹੋਈ ਹੈ, ਕਿਸੇ ਦਾ ਪਹਿਲਾਂ ਘਰ ਹੁੰਦਾ ਸੀ, ਹੁਣ ਉੱਥੋਂ ਸਾਰਾ ਟੁੱਟਿਆ ਹੋਇਆ, ਦੀਵਾਰ ਦੂਰ ਕੋਈ ਨਹੀਂ ਉਹਨਾਂ ਦੀ। ਸਾਡੀ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਅਸੀਂ ਸਾਰੀ ਉਹਦੀ ਵੈਰੀਫਿਕੇਸ਼ਨ ਕੀਤੀ ਹੈ, ਅਤੇ ਰਾਤ 'ਤੇ ਉਹਦਾ ਕੋਈ ਐਡਰੈਸ ਸਾਨੂੰ ਨਹੀਂ ਮਿਲਿਆ, ਅਤੇ ਅਸੀਂ ਉੱਥੋਂ ਡੈੱਡ ਬੋਡੀ ਚੁੱਕ ਕੇ ਅਤੇ ਮੋਚਰੀ ਵਿੱਚ ਉਹਦੀ 72 ਘੰਟਿਆਂ ਲਈ ਉਹਦੀ ਆਈਡੈਂਟੀਫਿਕੇਸ਼ਨ ਦੀ ਭੇਜ ਦਿੱਤੀ ਸੀ, ਅਤੇ ਅਸੀਂ ਹੁਣ ਤੱਕ ਉਹਦਾ ਪਤਾ ਕਰਦੇ ਰਹੇ ਹਾਂ ਉਹਦੇ ਬਾਰੇ। ਜੋ ਹੁਣ ਉਹਦਾ ਸਾਨੂੰ ਆਈਡੈਂਟੀਫਾਈ ਹੋ ਗਿਆ ਹੈ, ਉਹਦਾ ਨਾਂ ਸੂਰਜ ਹੈ, ਅਤੇ ਅਸੀਂ ਉਹਨਾਂ ਦੇ ਪੇਰੈਂਟਸ ਵੀ ਸਾਡੇ ਕੋਲ ਆ ਗਏ ਆ, ਅਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਕੇ ਅਤੇ ਜਿਹੜੀ ਅਗਲੀ ਕਾਰਵਾਈ ਉਹ ਕਰ ਰਹੇ ਹਾਂ। ਇਹ ਇੱਥੋਂ ਦਾ ਹੀ ਰਹਿਣ ਵਾਲਾ ਸੀ, ਸੁਲਤਾਨ ਦੀ ਪੱਤੀ ਦੇ ਵਿੱਚ ਇਹਨਾਂ ਦਾ ਪਹਿਲਾਂ ਘਰ ਸੀਗਾ, ਇਹ ਤਿੰਨ ਭਰਾ ਨੇ। ਬਾਅਦ ਵਿੱਚ ਇਹਨਾਂ ਨੇ ਉਹ ਆਪਣਾ ਮਕਾਨ ਵੇਚ ਦਿੱਤਾ ਸੀਗਾ, ਅਤੇ ਇਹਦਾ ਜਿਹੜਾ ਇੱਕ ਭਰਾ ਆ ਇੱਥੇ ਪੇਚ ਵਾਲੀ ਫੈਕਟਰੀ 'ਚ ਕੰਮ ਕਰਦਾ, ਅਤੇ ਇਹਦਾ ਫਾਦਰ ਜਿਹੜਾ ਆ ਇਹ ਬਾਹਰ ਕਿਸੇ ਪਿੰਡ ਦੇ ਵਿੱਚ ਉਹ ਕੰਮ ਕਰ ਰਿਹਾ। ਕੀ ਕਾਰਨ ਨਜ਼ਰ ਆਏ ਇਹਦੇ ਵਿੱਚ ਮੌਤ ਹੋਣ ਦੇ? ਇਹ ਫਿਲਹਾਲ ਜਿਹੜਾ ਹੈ ਅਸੀਂ ਇਹਦੀ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਪੋਸਟਮਾਰਟਮ ਤੋਂ ਬਾਅਦ ਜੋ ਵੀ ਜਿਹੜਾ ਇਹਦਾ ਡੈੱਥ ਦਾ ਕਾਰਨ ਹੋਏਗਾ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋਏਗਾ। ਜੋ ਵੀ ਪੋਸਟਮਾਰਟਮ ਦੀ ਰਿਪੋਰਟ ਵਿੱਚ ਇਹਦਾ ਰੀਜ਼ਨ ਆਏਗਾ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਕਰਾਂਗੇ। ਮੁਹੱਲੇ ਵਾਲਿਆਂ ਦਾ ਕਹਿਣਾ ਹੈਗਾ ਕਿ ਉਹ ਜਿਹੜਾ ਜਿੱਥੇ ਇੰਸੀਡੈਂਟ ਹੋਇਆ ਉੱਥੇ ਜਿਹੜਾ ਮਤਲਬ ਕਾਫੀ ਤਾਦਾਦ ਦੇ ਵਿੱਚ ਜਿਹੜਾ ਉੱਥੇ ਲੜਕੇ ਜਿਹੜੇ ਨਸ਼ੇ ਕਰਦੇ, ਅਤੇ ਕਹਿੰਦੇ ਕਾਫੀ ਰਾਤ ਨੂੰ ਉੱਥੇ ਸ਼ਾਮ ਨੂੰ ਸਿਲਸਿਲਾ ਸ਼ੁਰੂ ਹੋ ਜਾਂਦਾ ਨਸ਼ੇ ਦਾ। ਨਹੀਂ ਜੀ, ਇਹੋ ਜਿਹੇ ਰੋਕਦੇ ਨੇ, ਮੁਹੱਲੇ ਵਾਲੇ ਰੋਕਦੇ ਨੇ ਅਤੇ ਉਹਨਾਂ ਨਾਲ ਵੀ ਗਾਲੀ ਗਲੋਚ ਕੀਤੀ ਜਾਂਦੀ ਹੈ। ਮੈਂ ਵੀ ਉੱਥੇ ਮੌਕੇ 'ਤੇ ਗਿਆ ਵਾਂ, ਪਰ ਇਹੋ ਜਿਹੀ ਕੋਈ ਕੰਪਲੇਂਟ ਸਾਨੂੰ ਮੁਹੱਲੇ ਵਾਲੇ ਨੇ ਨਹੀਂ ਕਹੀ। ਪਰ ਇੱਕ ਗੱਲ ਹੈ ਵੀ ਜਿਹੜਾ ਉਹ ਘਰ ਆ ਜਾਂ ਖੋਲਾ ਆ ਉਹ ਵੀ ਮੁੰਡੇ ਦੋ ਭਰਾ ਨੇ, ਉਹ ਨਸ਼ਾ ਕਰਦੇ ਨੇ, ਜਿੱਥੋਂ ਇਹਦੀ ਡੈੱਡ ਬੋਡੀ ਮਿਲੀ ਆ ਉਹ ਵੀ ਨਸ਼ਾ ਕਰਦੇ। ਅਤੇ ਨਸ਼ੇ ਨੂੰ ਰੋਕਣ ਲਈ ਜਿੱਦਾਂ ਕਾਫੀ ਸਰਕਾਰਾਂ ਨੇ ਅਤੇ ਹੁਣ ਪਿੱਛੇ ਵੀ ਕਾਫੀ ਇਨਵੈਸਟੀਗੇਸ਼ਨ ਵਗੈਰਾ ਹੋਈਆਂ ਨੇ, ਹੁਣ ਵੀ ਕੋਈ ਕਾਰਵਾਈ ਚੱਲ ਰਹੀ ਹੈ ਜੀ? ਨਸ਼ੇ ਦੇ ਖਿਲਾਫ਼ ਪੁਲਿਸ ਵੱਲੋਂ ਬਹੁਤ ਸਰਗਰਮੀ ਦੇ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਕਾਫੀ ਅਸੀਂ ਇਹਦੇ ਨਸ਼ੇ ਦੇ ਸੰਬੰਧ 'ਚ ਮੁਕੱਦਮੇ ਦਰਜ ਕੀਤੇ ਆ, ਅਤੇ ਜਿਹੜੇ ਆ ਦੋਸ਼ੀ ਨੇ ਜਿਹੜਾ ਅਜਿਹਾ ਕੰਮ ਕਰਦੇ ਆ ਉਹ ਵੀ ਫੜ ਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜੇ। ਹੁਣ ਜਿਹੜਾ ਮ੍ਰਿਤਕ ਜਿਹੜਾ ਹੁਣ ਜਿਹੜਾ ਸ਼ਵ ਮਿਲਿਆ ਆਪਾਂ ਨੂੰ, ਕਿਹੜੀ ਕੋਈ ਕਿਸੇ FIR ਦਰਜ ਹੋ ਚੁੱਕੀ, ਮੁਕੱਦਮਾ ਦਰਜ ਹੋ ਗਿਆ ਹੋਇਆ? ਕਾਰਵਾਈ ਅਸੀਂ ਕਰਤੀ ਆ, ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜੋ ਆਏਗਾ ਉਹਦੀ ਰੀਜ਼ਨ ਉਹਦੀ ਮੌਤ ਦਾ ਕਾਰਨ ਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਕਿਸੇ ਦੇ ਸ਼ੱਕ ਨਹੀਂ ਜੀ, ਇੱਥੇ ਅਜੇ ਕਿਸੇ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਅਸੀਂ ਉਹਦੇ ਪੇਰੈਂਟਸ ਨੂੰ ਪੁੱਛ ਰਹੇ ਹਾਂ, ਸ਼ੱਕ ਜੇ ਉਹਨਾਂ ਨੂੰ ਕਿਸੇ 'ਤੇ ਹੈਗਾ ਆ, ਜੋ ਵੀ ਸ਼ੱਕੀ ਹੋਏਗਾ ਅਸੀਂ ਉਹਨੂੰ ਲੈ ਕੇ ਪੁੱਛਗਿੱਛ ਕਰਾਂਗੇ।